ਖੇਡਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ। ਅੱਜ ਚੱਲੇ ਅਸੀਂ ਲੰਮੇ ਟੂਰ ਤੇ, ਸਾਡਾ ਅੱਜ ਸਫ਼ਰ ਹੈਗਾ ਕੋਈ 70-80 ਕਿਲੋਮੀਟਰ ਦਾ ਜਾਣ ਦਾ। ਅੱਜ ਚੱਲੇ ਅਸੀਂ ਇਸ ਇੰਡਸਟਰੀ ਏਰੀਏ ਤੋਂ ਲੈ ਕੇ ਜਾਣਾ ਸੀ ਅੱਜ ਲਕੋਰ ਤੱਕ, ਟੈਂਕੀਆਂ ਛੱਡ ਕੇ ਆਉਣੀਆਂ ਲਕੋਰ। ਅਤੇ ਹੁਣ ਚੱਲੇ ਹਾਂ ਟੈਂਕੀ ਲੋਡ ਕਰਨ ਵਾਸਤੇ, ਅਤੇ ਟੈਂਕੀ ਲੋਡ ਕਰਕੇ ਅਤੇ ਫਿਰ ਤੁਹਾਨੂੰ ਮਿਲਦੇ ਹਾਂ, ਨਾਲ ਦਿਖਾਉਂਦੇ ਹਾਂ ਟੈਂਕੀ ਕਿੱਥੋਂ ਲੋਡ ਕਰਨੀ ਆ। ਪੇਪਰ ਹੋ ਗਏ ਰੈਡੀ ਆਪਣੇ ਹੁਣ, ਅਤੇ ਗੱਡੀਆਂ ਆਪਣੀ ਰੈਡੀ ਆ ਪੂਰੀ, ਟੈਂਕੇ ਲੱਦ ਲਏ ਆ, ਬੱਸਾਂ ਨਿਕਲਣ ਦੀ ਤਿਆਰੀ ਆ। ਬਸ ਉਹ ਬੰਦੇ ਆਪਣੇ ਦੇ ਪਿੱਛੇ ਬੈਲਟ ਰਹਿ ਗਏ ਵੱਜਣ ਵਾਲੀ, ਅਤੇ ਫਿਰ ਮਾਰ ਕੇ ਨਿਕਲ ਗਏ। ਬੈਲਟ ਲਾ ਦੇ ਮੇਰੀ ਢਿੱਲੀ ਹੋ ਗਈ ਇੱਕ, ਬੈਲਟ ਮਾਰ ਕੇ ਫਿਰ ਨਿਕਲ ਗਈ ਹੁਣ। ਲੋਡ ਕਰ ਲਈਆਂ ਕਿੱਥੇ, ਸਵੇਰ ਦੇ ਆ ਕੇ ਬੈਠੇ, ਨਾ ਕੁਛ ਖਾਧਾ ਨਾ ਕੁਛ ਪੀਤਾ, ਪਾਣੀ ਪੀ ਪੀ ਜ਼ਿਆਦਾ ਕੰਡ ਆ, ਇੰਨਾ ਟਾਈਮ ਲੱਗ ਗਿਆ ਟੈਂਕੀਆਂ ਨੂੰ। ਅਤੇ ਚਲੋ ਹੁਣ ਬਸ ਆਪਾਂ ਨਿਕਲ ਲੱਗੇ ਹਾਂ ਅਲਕੋਰ ਵਾਸਤੇ, ਅਤੇ ਫਿਰ ਤੁਹਾਨੂੰ ਰਾਹ 'ਚ ਮਿਲਦੇ ਜਾ ਕੇ, ਮੈਂ ਥੋੜ੍ਹੀ ਗੱਡੀ ਕੱਢਦਾ ਹੁੰਦਾ ਜੀ ਇੱਥੋਂ, ਇੱਥੋਂ ਸਿਟੀ ਵਿੱਚੋਂ ਗੱਡੀ ਕੱਢ ਲਈਏ, ਗਾਉਣ ਜਾ ਕੇ ਮਿਲਦੇ ਹਾਂ। ਹੁਣ ਅਸੀਂ ਤਾਂ ਪਾਤੇ ਚੱਲੇ ਅਲਕੋਰ ਨੂੰ, 80 ਕਿਲੋਮੀਟਰ ਦਾ ਸਫ਼ਰ ਆ ਜਾਣ ਜਾਣ ਦਾ, ਅਤੇ ਇੱਦਾਂ ਹੀ ਮਜ਼ੇ ਮਜ਼ੇ ਚੱਲਦੇ ਰਹਾਂਗੇ ਆਪਾਂ ਇਸੇ ਚਾਲ 'ਤੇ। In 400 meters, take the interchange on the right. ਜੀ ਕਿੱਦਾਂ ਆ ਗਏ ਨਵੇਂ ਤੋਂ ਟਰੱਕ ਰੋਡ ਦੇ, ਜਿਹੜਾ ਰਾਹ ਚੰਦਾ ਅਲਕੋਰ ਨੂੰ ਟਰੱਕ ਰੋਡ। ਕਿਹਾ ਪਤਾ ਯਾਰ, ਕਹਿਣ ਦੀ ਇੱਥੇ ਗੱਡੀ ਸਾਲੀ ਕਿਤੇ ਜਾਂਦੀ ਸ਼ੁਰੂ ਕਰਦੀ, ਗੱਡੀ ਹੌਲੀ ਜਾ ਕੇ ਖੁਸ਼ ਨਹੀਂ ਇੱਥੇ ਕੋਈ ਵੀ। ਅੱਜ ਪਹਿਲੀ ਵਾਰ ਟਰੱਕ ਰੋਡ ਨੂੰ ਆਇਆ ਨਵਾਂ, ਅੱਜ ਪਹਿਲੀ ਵਾਰ ਟਰੱਕ ਰੋਡ 'ਤੇ ਹੀ ਆਏ ਹਾਂ ਅਤੇ ਕੋਰ ਜਾਣ ਵਾਸਤੇ। ਇੱਥੇ ਟਰੱਕਾਂ ਵਾਲੇ ਆਤੀ ਕਰਾਈ ਜਾਂਦੇ ਆ। ਵੈਸੇ ਯਾਰ ਕਹਿਣ ਦੀ ਗੱਲ ਨਹੀਂ ਕੋਈ ਵੀ, ਜਾਲ ਪੂਰੇ ਵਿਛਾਏ ਕਦਰ ਨੇ ਸੜਕਾਂ ਵਾਲੇ, ਦੂਰ ਦੂਰ ਤੱਕ ਬਸ ਸੜਕਾਂ ਸੜਕਾਂ ਦਿਖਦੀਆਂ। ਆਹ ਸਾਡਾ ਰੋਡ ਹੈਗਾ ਟਰੱਕਾਂ ਵਾਲਾ ਜਾਣ ਵਾਸਤੇ, ਲਾਗੇ ਹੋਰ ਉਸ ਤੋਂ ਲਾਗੇ ਹੋਰ ਰੋਡ ਦੂਜਾ ਵੱਖਰਾ ਕਾਰਾਂ ਵਾਸਤੇ। ਜੀ ਪਹੁੰਚ ਚੱਲੇ ਆਪਾਂ ਹੁਣ ਆਪਣੀ ਲੋਕੇਸ਼ਨ 'ਤੇ, 80 ਕਿਲੋਮੀਟਰ ਦਾ ਪਿੰਡ ਤੈਅ ਕਰ ਰਹੇ ਹਾਂ, ਅਤੇ ਬਸ ਹੁਣ ਪਹੁੰਚਣ ਹੀ ਵਾਲੇ ਹਾਂ ਉੱਥੇ ਸਟੇਡੀਅਮ ਕੋਲ। ਬਸ ਪਹੁੰਚ ਕੇ ਲੱਗ ਗਏ ਹੁਣ ਬਿਲਕੁਲ ਸਟੇਡੀਅਮ ਦੇ। ਸਟੇਡੀਅਮ ਜਿੱਥੇ ਮੈਚ ਹੋਣੇ ਆ ਫੀਫਾ ਵਰਲਡ ਕੱਪ 2022, ਹੁਣ ਜਾ ਕੇ ਲਾਗੇ ਜਾ ਕੇ ਗੱਡੀ ਪਾਰਕ ਕਰਕੇ ਫਿਰ ਦੇਖ ਰਹੇ ਚੰਗੀ ਤਰ੍ਹਾਂ, ਇੱਦਾਂ ਕੁਛ ਪਤਾ ਨਹੀਂ ਲੱਗਣਾ ਜੀ। ਹਾਂਜੀ ਆ ਗਏ ਹਾਂ ਜੀ ਆਪਣੀ ਲੋਕੇਸ਼ਨ 'ਤੇ, ਝੌਂਪੜੇ ਲੱਗੇ ਆ ਕੰਪਨੀ ਦੀਆਂ, ਇੱਥੇ ਹੁਣ ਮਾਲ ਖਾਲੀ ਕਰਾਂਗੇ ਆਪਣਾ।
ਚਾਹੋ ਸਾਹਮਣੇ ਬੰਦੇ ਚਾਹੋ ਮਾਲ ਖਾਲੀ ਕਰ ਲਈਏ ਤੇ ਫਿਰ ਤਾਂ ਮੈਂ ਗੱਲ ਕਰਦੀ ਹਾਂ ਚੱਲੀਏ ਬਾਅਦ ਦੇਖੇ ਕੀ ਕਹਿੰਦੇ ਹੁਣ ਬੈਲਟ ਬੁਲਟ ਲਾਈ ਜਾਂਦੇ ਜੀ तीन जगह का ठीक है और तीन हम लोग उधर जाएगा हम भी आएगा साथ में ठीक है और उनका सामने और स्टेडियम के पास और तो आपका गाड़ी खाली हो जाएगा आपका okay. खाली करके बाद में ये इधर ही खड़ा होने दो हम बाद में उसको लेंगे ओके अभी तो नो एंट्री होगी ना तीन बजे तक तीन बजे से पहले नहीं तीन बजे तक नो एंट्री होगा तीन बजे के पहले होगा तीन बजे तक हाँ तो तीन बजे तक इधर रुकना पड़ेगा हमें तीन बजे के बाद निकलेगा फिर स्टेडियम अंदर वेख लीए कदे ਲੱਗਾ ਬੱਗਾ ਸ਼ੇਰ ਖਾਲੀ ਹੋ ਕੇ ਅਤੇ ਹੁਣ ਆਪਾਂ ਡੀਕਦੇ ਹਾਂ ਥੋੜ੍ਹਾ ਟਾਈਮ ਨੋ ਐਂਟਰੀ ਤੱਕ ਇੱਥੇ ਵੇਟ ਕਰਦੇ ਹਾਂ ਤਾਂ ਫਿਰ ਉੱਥੋਂ ਨਿਕਲਦੇ ਹਾਂ ਹੁਣ ਵਾਪਸੀ ਆਪਣੀ ਕੰਪਨੀ ਵੱਲ ਗੱਡੀਆਂ ਆਪਣੀਆਂ ਹੋ ਗਈਆਂ ਖਾਲੀ ਹੁੰਦੇ 3 ਵੱਜ ਗਏ ਆ ਅਤੇ ਨੋ ਐਂਟਰੀ ਖੁੱਲ੍ਹ ਗਈ ਆ ਅਤੇ ਵਾਪਸੀ ਹੁਣ ਚੱਲੇ ਹਾਂ ਆਪਾਂ ਆਪਣੀ ਕੰਪਨੀ 'ਚ ਅਤੇ ਹੁਣ ਤੁਹਾਨੂੰ ਇੱਕੋ ਵੀ ਜਾ ਕੇ ਕੰਪਨੀ 'ਚ ਮਿਲਦੇ ਹਾਂ In 300 meters at the roundabout. हाँ जी दे यारो अहीं पहुंच गए हुण अपने टिकाने दे अहीं तय कर रहे हैं 80 किलोमीटर जान ते 80 किलोमीटर आउण 160 पूरा कर लिया अहीं अपना ते हुण आ गए अपने इत्थे वापस कंपनी अपनी च चलते हैं अज की वीडियो नहीं बड़ी आ बाकी कल फिर बनावांगे ठीक है जोके मिलते कल फिर नवी वीडियो चंज नहीं करो।